ਦੇਖੋ ਡਾਂਸ ਦਾ ਦੌਰ ਚੱਲ ਰਿਹਾ, ਅਸੀਂ ਗੀਤਾਂ ਦਾ ਵੀ ਆਨੰਦ ਮਾਣ ਰਹੇ ਹਾਂ, ਖੂਬਸੂਰਤ ਬੋਲਾਂ ਦਾ ਵੀ ਆਨੰਦ ਮਾਣ ਰਹੇ ਹਾਂ, ਅਤੇ ਨਾਲ ਦੀ ਨਾਲ ਇਹਨਾਂ ਪੰਜਾਬਣਾਂ ਦੇ ਡਾਂਸ ਦਾ ਆਨੰਦ ਵੀ ਮਾਣ ਰਹੇ ਹਾਂ। ਅਗਲੇ ਡਾਂਸ ਦੇ ਵਿੱਚ ਜਿਹੜੀ ਖੂਬਸੂਰਤੀ ਆ ਉਹ ਇਹ ਆ ਜੱਸ ਸਾਹਿਬਾਨ ਕਿ ਕੁੜੀ ਦਿੱਲੀ ਦੀ ਆ ਅਤੇ ਜੁੱਤੀ ਪਟਿਆਲੇ ਦੀ ਆ। ਦੇਖੋ ਕੰਟਰਾਸਟ ਬਣਾਇਆ ਉਹਨੇ, ਕਿਉਂਕਿ ਉਹ ਮਿਸ ਪੰਜਾਬਣ ਦਿੱਲੀ ਆ ਸਿਮਰਨ ਬਮਰਾ, ਔਰ ਉਹਦਾ ਜਿਹੜਾ ਗੀਤ ਹੈ ਉਹ ਕੌਰ ਬੀ ਨੇ ਗਾਇਆ ਜੁੱਤੀ ਪਟਿਆਲੇ ਦੀ, ਅਤੇ ਉਹ ਜੁੱਤੀ ਪਟਿਆਲੇ ਦੀ ਉੱਪਰ ਜਿਹੜਾ ਦਿੱਲੀ ਦੀ ਜਿਹੜੀ ਸਾਡੀ ਪੰਜਾਬਣ ਆ ਉਹ ਕਿਸ ਤਰ੍ਹਾਂ ਦਾ ਡਾਂਸ ਕਰਦੀ ਆ ਇਸ ਦੌਰ ਦੇ ਵਿੱਚ ਦੇਖਦੇ। ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਗੁੱਤ ਦਾ ਪਰਾਂਦਾ ਸ਼ੱਕੀ ਫੜਕਣ ਨਾ ਦੇਵੇ ਚਿੜੀਆ, ਬੁੱਲੀਆਂ ਦਾ ਸੁਲਫੀ ਹਾਸਾ ਲੋਰਾ ਜਿਉ ਪੱਗ ਦੀਆਂ ਚੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਸਾਰਾ ਕੁੰਡਲਾਂ ਵੇਖ ਕਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆਂ। ਦੋ ਡਿੰਪਲ ਵਾਲੀਆਂ ਗੱਲਾਂ ਬਣ ਕੇ ਕਸ਼ਮੀਰ, ਹੋਸ਼ਾਂ ਸੰਭਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਜੁੱਤੀ ਪਟਿਆਲੇ ਦੀਆਂ ਲਾਹੌਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗਨ ਦਾ ਲੋਡੜ ਦੋ ਨਾਲੀਆਂ, ਦਿਲ ਨਹੀਂ ਜਾਣ ਬਿੱਲੋ ਚੱਤਾਂ ਕਹਿ ਰਿਹਾ ਲੋਡੜ ਦੋ ਨਾਲੀਆਂ, ਦਿਲ ਨਹੀਂ ਜਾਣ ਬਿੱਲੋ ਚੱਤਾਂ ਕਹਿ ਰਿਹਾ ਲੋਡੜ ਦੋ ਪਟਿਆਲੇ ਦੀਆਂ। ਤੁਸੀਂ ਬੇਟੇ ਵਿੱਚੋਂ ਜੁੱਤੀ ਲਾਤੀ, ਬੜੀ ਸੋਹਣੀ ਜੁੱਤੀ ਪਾਈ ਸੀ ਤੁਸੀਂ, ਤੇ ਉਹਦਾ ਰੀਜ਼ਨ? ਐਕਚੁਅਲੀ ਮੈਮ ਇਦਾਂ ਹੋਇਆ ਕਿ ਇਸ ਜਗ੍ਹਾ ਬਹੁਤ ਸਲਿਪਰੀ ਸੀਗੀ ਤੇ ਮੈਂ ਡਾਂਸ ਕਰਦੇ ਕਰਦੇ ਤਿਲਕ ਜਾਣਾ ਸੀਗਾ, ਇਸ ਕਰਕੇ ਮੈਂ ਜੁੱਤੀ ਉਤਾਰਤੀ ਤਾਂ ਕਿ ਮੇਰੀ ਪਰਫਾਰਮੈਂਸ ਦੇ ਉੱਤੇ ਬਾਅਦ ਵਿੱਚ ਕੋਈ, ਮੈਨੂੰ ਲੱਗਦਾ ਸੀ ਪਾਊਡਰ ਵੀ ਉਡਾਇਆ ਸੀ, ਹੈ ਨਾ ਪਾਊਡਰ? ਓਕੇ ਓਕੇ। ਸੋ ਮੈਂ ਵੈਸੇ ਵੀ ਤੁਹਾਨੂੰ ਸਾਰੀਆਂ ਇੰਨੀਆਂ ਸੋਹਣੀਆਂ ਕੁੜੀਆਂ ਤੁਸੀਂ ਮਿਸ ਵਰਲਡ ਪੰਜਾਬਣ 2017 'ਚ, ਅਤੇ ਟੱਡ ਜੀ ਦਾ ਸਪੈਸ਼ਲ ਮੈਂ ਥੈਂਕਸ ਕਰਾਂਗੀ ਕਿ ਇੰਨੀਆਂ ਸੋਹਣੀਆਂ ਕੁੜੀਆਂ ਨੂੰ ਹਰ ਵਾਰੀ ਉਹ ਮੌਕਾ ਦਿੰਦੇ ਨੇ ਪੰਜਾਬੀਅਤ ਨਾਲ ਜੁੜਨ ਦਾ, ਪੰਜਾਬੀ ਬੋਲੀ ਨਾਲ ਜੁੜਨ ਦਾ।